أعوذ بالله من الشيطان الرجيم بسم الله الرحمن الرحيم قال هادينا المعصوم عليه السلام أولادنا أقبادنا وقال ايضا كبيرنا وصغيرنا سواء صلوا بیٹا یہ لائٹ بند کر دو میری طرف نہ کرو لائٹ لائٹ بند کر دو بیٹا آپ سے کہا ہے آباد رہو شاد رہو سلامت بکرامت رہو کچھ ایام تو ਮੇਰੀ ਸਿਹਤ ਨਾਲ ਗੁਫਤ ਬੇਹਾਈ ਆਪਣੇ ਉੱਤੇ ਜਬਰ ਕਰਕੇ ਪੜਦਾ ਤੋਂ ਮੈਂ ਰਿਹਾ ਹੁਣ ਵੀ ਜਿਸ ਕੈਫੀਅਤ ਵਿੱਚ ਮੈਂ ਹਾਂ ਉਹ ਥੋੜ੍ਹੀ ਬਹੁਤ ਜਿਹੜੀ ਖਿਦਮਤ ਮੈਂ ਕਰ ਸਕਾਂ ਉਹ ਕੋਈ ਸ਼ਰਫ ਏ ਕਬੂਲੀਅਤ ਅਦਾ ਕਰਾਏ ਅਤਸ਼ਾਨੇ ਨੈਨਵਾ ਕਤੀਲੇ ਮਾਰੀਆ ਸੈਯਦ ਸ਼ੋਹਦਾ ਅਬੂ ਸ਼ੋਹਦਾ ਸ਼ਹੀਦ ਆਜ਼ਮ ਖਾਮੇ ਸਿਆਲੇ ਅਬਾ ਅਤੇ ਬੈਤੂ ਸ਼ਰਫ ਅਤੇ ਬੈਤ ਅਰਬੀ ਵਿੱਚ ਘਰ ਕੋ ਆਖਦੇ ਨੇ ਬੈਤੂ ਸ਼ਰਫ ਉੱਚਾ ਘਰ ਸ਼ਾਨ ਵਾਲਾ ਘਰ ਇਕਰਾਮ ਵਾਲਾ ਘਰ ਇਨਾਮ ਵਾਲਾ ਘਰ ملکہ مملکت وفا بنت امرؤ القیس سین دی آغوش عاطفت مآب وچ 57 ہجری بنابر شورت 24 ذوالحجہ وقت صبح نورن علا نور پیکر عفت مرقع عصمت
ਇੱਕ ਸ਼ਹਿਜ਼ਾਦੀ ਨੂਰ ਦੀ ਸਕੂਨਤ ਤਰ ਕਰਕੇ ਜ਼ਹੂਰ ਦੀ ਦੁਨੀਆ ਕੋ ਜ਼ੀਨਤ ਬਖਸ਼ੀ। ਇਹ ਜ਼ਹੂਰ ਪਜ਼ੀਰ ਹੋਣ ਵਾਲੀ ਸ਼ਹਿਜ਼ਾਦੀ ਇਤਨੀ ਬੜੀ ਅਜ਼ਮਤ ਦੀ ਮਾਲਕ ਹੈ ਜਿਸਨੂੰ ਨਾਮੇ ਨਾਮੀ ਔਰ ਇਸਮੇ ਗਿਰਾਮੀ ਦਾ ਤੋਹਫ਼ਾ ਉਹ ਹਦੀਆ ਇਮਾਮ ਹੁਸੈਨ ਅਲੈਹਿ ਸਲਾਮ ਖੁਦ ਬਖਸ਼ ਹੈ। ਤਵੱਜੋ ਰੱਖਾ ਹੈ ਲੂੰ ਦੋਸਤ, ਕਿਆ ਨਾਮ ਅਤਾ ਫਰਮਾਏ ਹੁਸੈਨ ਆਪਣੀ ਬੇਟੀ ਨੂੰ, ਫੇ ਅਲਿਫ ਤੋਏ ਮੀਮ ਹੇ, ਜਿਨ੍ਹਾਂ ਅਬਾਬ ਨੇ ਤਵੱਜੋ ਨਹੀਂ ਫਰਮਾਈ ਜਾਂ ਹਰੂਫ ਤੂੰ ਸਮਝ ਨਹੀਂ ਆਈ, ਹਜ਼ੂਰ ਨੇ ਆਪਣੀ ਇਸ ਬੇਟੀ ਨੂੰ ਆਪਣੀ ਪਾਕ ਵਾਲਿਦਾ ਮਾਜਦਾ ਔਰ ਗਿਰਾਮੀ ਦਾ ਨਾਮ ਅਤਾ ਕੋਈ ਸਮਝ ਆਈ ਵੇ ਮੈਂ ਕਿਆ ਦਾ ਬੈਠਾ। ਅਸਾਂ ਆਪਣੀ ਔਲਾਦ ਦੇ ਨਾਮ ਰੱਖਣ ਵਿੱਚ ਮੁਸ਼ਤਬਾ ਹੋ ਸਕਦੇ ਹੈ, ਮੁਗਾਲਤਾ ਹੋ ਸਕਦੇ, ਆਪਣੀ ਤਰਫੋਂ ਅਸਾਂ ਅੱਛਾ ਨਾਮ ਮੁੰਤਖਬ ਕਰਦੇ ਹੈਂ, ਬੱਚਾ ਸਾਡੇ ਨਾਮ ਦੀ ਲੱਜ ਨਹੀਂ ਰੱਖਦਾ। ਇਹ ਕੋਈ ਜ਼ਰੂਰੀ ਨਹੀਂ ਕਿ ਸਾਡਾ ਬੱਚਾ ਸਾਡੇ ਦਿੱਤੇ ਹੋਏ ਇਸਮ ਦਾ ਮੁਸੰਮਾ ਹੋਵੇ। ਸੁਣੋ ਅਤੇ ਭਾਵੇਂ ਨਾ ਸੁਣੋ, ਪੜ੍ਹਾਈ ਮੈਂ ਆਪਣੇ ਮਿਆਰ ਦੀ ਕਰਨੀ ਹੈ। ਤਵੱਜੋ ਰੱਖਾ ਹੈ ਦੋਸਤ, ਇੱਕੋ ਲੀਕਾ ਸ਼ੁਰੂ ਕਰੇ ਸਾਂ ਅਤੇ ਉਸੇ ਕੋ ਕਈ ਹੱਦ ਤੱਕ ਪੂਰਾ ਕਰੇ ਸਾਂ। ਟੋਕਵੇਂ ਅਤੇ ਚੋਣਵੇਂ ਮੇਰੇ ਕੋ ਨਹੀਂ ਆਉਂਦੇ ਪੜ੍ਹਨੇ। ਟੋਕਵੇਂ ਦੀ ਸਮਝ ਆਈ ਵੇ, ਇਹ ਸਕੂਲਾਂ ਦੇ ਵਿੱਚ ਉਸਤਾਦ ਬੱਚਿਆਂ ਕੋ ਟੋਕਵੇਂ ਲਿਖਵਾਉਂਦੇ ਹੈ, ਬਈ ਏਕ ਲਿਖੀਏ, ਵੱਤ ਦੂ ਛੋੜ ਕੇ ਆ ਦਿਨ ਤੀਨ ਲਿਖੀਏ, ਬਸ ਚਾਰ ਛੋੜ ਕੇ ਆ ਦਿਨ ਛੇ ਲਿਖੀਏ। ਗੌਰ ਹੈ ਮੇਰੇ ਬਿਆਨ ਤੇ, ਮੈਂ ਤਾਂ ਇੱਕੋ ਲਿਖਾ ਹੋ ਸੀ, ਪਸੰਦ ਆ ਵਜੇ ਤਾਂ ਦੁਆ ਫਰਮਾਏ ਚਾਹੋ। ਲੇਕਿਨ ਪਾਕ ਹਸਤੀਆਂ ਦੇ ਬੱਚਿਆਂ ਦੇ ਅਸਮਾਏ ਗਿਰਾਮੀ ਇਸ ਮੁਤਾਬਿਕ ਹੁੰਦੇ, ਮੁਸੰਮਾ ਮੁਤਾਬਿਕ ਹੁੰਦੇ, ਜੈਸਾ ਨਾਮ ਵੈਸੀ ਸ਼ਖਸੀਅਤ। ਕਿਉਂਕਿ ਇਹ ਪਹਿਲੇ ਬੱਚੇ ਕੁਢੇਦੇ ਨੂੰ ਫਿਰ ਨਾਮ ਰੱਖਦੇ। ਹੁਣ ਜੋ ਨਾਮ ਹੁਸੈਨ ਆਪਣੀ ਬੇਟੀ ਕੋ ਅਤਾ ਫਰਮਾਏ, ਇਸ ਦਾ ਮਾਨਾ ਕਿਆ ਹੈ? ਬਖਸ਼ਣੇ ਵਾਲੀ। ਤਵੱਜੋ ਰੱਖਾ ਹੈ ਬਾਈ, ਬਚਾਉਣੇ ਵਾਲੀ, ਛੁਡਾਉਣੇ ਵਾਲੀ, ਪਨਾਹ ਦੇਣੇ ਵਾਲੀ। ਇਹ
हे अलिफ तोय मीम हे दमाना बचाने वाली छुड़ाने वाली पनाह देने वाली बचाया छुड़ाया पनाह गुनाहगार को दीती वेंदी है मुजरिम को दीती वेंदी है ते मासूमीन अपने बच्चों का नाम मुसम्मा मुताबिक रखते हैं इस मुताबिक रखते हैं तो फिर मनना पोसी साड़ी बख्शिश ते निजात वास्ते सिर्फ हुसैन दी वालिदा दुनिया ते नहीं आए हुसैन दियां बेटियां भी साड़ी बख्शिश वास्ते ਖਿਤਾਬ ਕਿਆ ਹੈ ਇਸ ਸ਼ਹਿਜ਼ਾਦੀ ਦਾ ਲਕਬ ਕਿਆ ਹੈ ਇਸ ਸ਼ਹਿਜ਼ਾਦੀ ਦਾ ਤਵੱਜੋ ਬੱਚੀ ਦਾ ਅਸਲ ਨਾਮ ਆਪਣੀ ਪਾਕ ਦਾਦੀ ਦੇ ਨਾਮ 'ਤੇ ਇਹਨਾਂ ਦਾ ਖਿਤਾਬ ਕਿਆ ਹੈ ਇਹਨਾਂ ਦਾ ਲਕਬ ਕਿਆ ਹੈ ਔਰ ਇਹ ਖਿਤਾਬ ਲਕਬ ਵੀ ਬਾਪ ਦੀ ਤਰਫੋਂ ਦਿੱਤਾ ਹੋਇਆ ਫਰਮਾਇਆ ਹੈ ਯਾ ਸਕੀਨਾ ਤੋ ਅਬਾਹਾ ਇਹ ਮੇਰੀ ਸਕੀਨਾ ਬੇਟੀ ਹੈ ਇਹ ਮੇਰੀ ਤਸਕੀਨ ਬੇਟੀ ਹੈ ਇਹ ਮੇਰਾ ਚੈਨੋ ਆਰਾਮ ਬੇਟੀ ਹੈ ਇਹ ਮੇਰਾ ਸਕੂਨ ਬੇਟੀ ਹੈ ਤਸਕੀਨ ਸੱਚੇ ਸਹੀ ਹੈ ਇਵੇਂ ਅੱਛਾ ਬੇਦਾਰੋ ਕਿਸ ਹਸਤੀ ਦਾ ਸਕੂਨ ਬਣ ਕੇ ਆਈਏ ਸੁਭਾਨ ਅੱਲਾਹ ਹੁਸੈਨ ਦਾ ਹੁਸੈਨ ਉਹ ਮੇਜ਼ਬਾਨ ਏ ਕਾਇਨਾਤ 'ਚ ਸਵਾ ਲੱਖ ਨਬੀ ਆਪਣੇ ਬਾਰਾਂ ਬਾਰਾਂ ਵਸੀਆਂ ਸਮੇਤ ਹਰ ਸ਼ਬੇ ਜੁਮਾ ਜਿਸ ਦੇ ਮਹਿਮਾਨ ਹੁੰਦੇ ਨੇ ਤੁਹਾਨੂੰ ਮੇਰੀ ਪੜ੍ਹਾਈ ਪਸੰਦ ਨਹੀਂ ਆਉਂਦੀ ਪਈ ਮੈਂ ਮਾਜ਼ਰਤ ਕਰ ਗਈ ਨਾ ਮੈਂ ਰੱਖਿਆ ਮਿਹਰਬਾਨੀ ਸਕੂਨ ਬਣ ਕੇ ਆਈਏ ਬਾਪ ਹੁਸੈਨ ਵਾਸਤੇ ਹੁਸੈਨ ਇਮਾਮ ਹੈ ਇਮਾਮ ਖੁਦ 18,000 ਜਿਨਸ ਦਾ ਸਕੂਨ ਹੁੰਦਾ ਹੈ ਇਮਾਮ ਕਾਇਨਾਤ ਦਾ ਮੁਹਾਫਿਜ਼ ਕਾਇਨਾਤ ਦਾ ਹਾਦੀ ਕਾਇਨਾਤ ਦਾ ਸਕੂਨ ਕਾਇਨਾਤ ਦੀ ਪਨਾਹ ਕਾਇਨਾਤ ਦਾ ਸਹਾਰਾ ਮਜਲਿਸ ਤਾਂ ਮੈਂ ਬੇਦਾਰ ਲੋਕਾਂ ਨੂੰ ਪੜ੍ਹਦਾ ਬੈਠਾ ਤੋ ਕਿਤਨੀ ਅਜ਼ਮਤ ਦੀ ਮਾਲਿਕ ਹੈ ਉਹ ਸ਼ਹਿਜ਼ਾਦੀ ਜਿਹੜੀ ਉਸ ਇਮਾਮ ਵਾਸਤੇ ਸਕੂਨ ਬਣ ਕੇ ਆਈ ਹੈ ਜਿਹੜਾ ਖੁਦ ਕਾਇਨਾਤ ਦਾ ਸਕੂਨ ਹੈ
ਹੁਣ ਸਮਝ ਨਹੀਂ ਆਉਂਦੀ ਮੈਂ ਕਿਹੜੀ ਚੀਜ਼ ਤਰਕ ਕਰਾਂ ਔਰ ਕਿਹੜੀ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂ। ਚਲੋ ਜੋ ਜੋ ਚੀਜ਼ ਸਾਹਮਣੇ ਆਉਂਦੀ ਹੈ ਮੈਂ ਤੁਹਾਡੀ ਨਜ਼ਰ ਕਰ ਬਖਤਾਵਰ ਹੈ ਉਹ ਬੰਦਾ ਜਿਸ ਨੂੰ ਇਸ ਘਰਾਣੇ ਦਾ ਇਰਫਾਨ ਹਾਸਲ ਮਾਰਿਫਤ ਇਦਰਾ ਜ਼ਿਆਦਾ ਤੋਂ ਜ਼ਿਆਦਾ ਸਨੇ ਮੁਬਾਰਕ ਇਸ ਸ਼ਹਿਜ਼ਾਦੀ ਦਾ 4 ਸਾਲ ਇਵੇਂ ਨਾ ਸਾਈਂ 4 ਸਾਲ ਨਾ ਅੱਛਾ ਬਾਹਰੇ ਇਰਫਾਨ ਇਲਾਹੀ ਦੀ ਸ਼ਨਾਵਰ ਕਿਤਨੀ ਹੈ ਬੇਟਾ ਇਹ ਲਫ਼ਜ਼ ਯਾਦ ਕਰੋ ਔਰ ਮਜਲਿਸ ਨੂੰ ਤਵੱਜੋ ਰੱਖਾ ਇਹ ਲੂੰ ਦੋ ਸਾਡੇ ਕੋਲ ਸਾਡੇ ਫਿਕਹ ਮੁਰਵਜਾ ਮਰਸੂਮਾ ਔਰ ਮੁਦਵਨ ਵਿੱਚ ਬੱਚੇ ਅਤੇ ਨਮਾਜ਼ ਰੋਜ਼ਾ ਵਾਜਿਬ 15 ਸਾਲ ਦੀ ਉਮਰ ਵਿੱਚ ਬੱਚੀ ਅਤੇ 9 ਸਾਲ ਯਾਰ ਇਹ ਤਾਂ ਨਮਾਜ਼ ਜਾਫਰੀਆ ਦਾ ਮਸਲਾ ਜਿਹੜਾ ਮੈਂ ਦੱਸਿਆ ਤਾ ਬੇਟਾ ਇਸ ਤੋਂ ਉੱਚਾ ਤਾਂ ਮੇਰਾ ਇਲਮ ਹੀ ਨਹੀਂ ਹੈ ਤਵੱਜੋ ਰੱਖਾ ਇਹ ਦੋਸਤ ਮੇਰੀ ਕਾਫੀ ਆ ਪੈਮਾਈ ਵੀ ਜ਼ਿਆਦਾ ਜ਼ਿਆਦਾ ਤੋਹਫੇ ਤੱਕ ਜਾਂ ਨਮਾਜ਼ ਜਾਫਰੀਆ ਤਵੱਜੋ ਰੱਖਣਾ ਹੀ ਦੋਸਤ ਬਾਬ ਹੈ ਜਾਂ ਨਹੀਂ 15 ਸਾਲ ਦਾ ਲੜਕਾ 9 ਸਾਲ ਦੀ ਬੱਚੀ ਆਕਾਮ ਇਲਾਹੀ ਅਵਾਮਰ ਖੁਦਾ ਉਸ 'ਤੇ ਵਾਜਿਬ ਇਸ ਤੋਂ ਪਹਿਲੇ ਵਾਜਿਬ ਵੈਸੇ ਹੁਕਮ ਇਹ ਹੈ ਕਿ 7 ਸਾਲਾਂ ਦੀ ਉਮਰ 'ਚ ਬੱਚਿਆਂ ਨੂੰ ਤਾਕੀਦ ਕੀਤੀ ਜਾਵੇ ਇਬਾਦਤ ਲੇਕਿਨ ਵਜੂਬ ਦੇ ਹਦੂਦੋ ਕਯੂਦ 15 ਸਾਲ 9 ਸਾਲ ਤਵੱਜੋ ਰੱਖਾ ਹੈ ਇਵੇਂ ਹੈ ਜਾਂ ਨਹੀਂ ਬਸ਼ਰੀਅਤ ਦੇ ਬੱਚੇ ਆਦਮੀਅਤ ਦੇ ਬੱਚੇ 15 ਸਾਲ 'ਚ ਬੱਚੇ ਤੇ ਵਾਜਿਬ 9 ਸਾਲ ਲਾ ਇਲਾ ਇਲਾ ਮੁਹੰਮਦ ਰਸੂਲੁਲ੍ਲਾ ਅਲੈਹਿ ਵੱਲਾਹ ਬਿੱਲਾਹ ਸੁਮਤ ਅੱਲਾ ਇਹਨਾਂ ਹਸਤੀਆਂ 'ਤੇ ਮੁਤਅੱਖਰੀਨ ਨੇ ਕੰਮ ਕੀਤਾ ਮੁਤਕੱਦਮੀਨ ਨੇ ਨਹੀਂ ਕੀਤਾ ਮੁਤਵੱਸਤੀਨ ਨਹੀਂ ਕੀਤਾ ਜਿਹੜੇ ਮੁਤਅੱਖਰੀਨ ਨੇ ਹੁਣ ਮੇਰੇ ਕੋਲ ਵਕਤ ਨਹੀਂ ਜੋ ਮੈਂ ਸਾਰੀਆਂ ਇਸਤਲਾਹਾਂ ਦੀ ਤਫਸੀਰ ਕਰਾਂ ਤਵੱਜੋ ਰੱਖਿਆ ਰਿਕਾਰਡਿੰਗ ਥੀਂਦੀ ਪਈ ਹੈ ਮਹਿਫੂਜ਼ ਹੁੰਦਾ ਪਿਆ ਪੈਗਾਮ ਜਿਹੜੇ ਮੁਤਅੱਖਰੀਨ ਨੇ ਕੰਮ ਕੀਤਾ ਉਹਨਾਂ ਵੀ ਇੰਤਹਾਈ ਮੁਖਤਸਰ ਔਰ ਮੁਜਮਲ ਕੀਤਾ ਥੋੜ੍ਹਾ ਥੋੜ੍ਹਾ ਕੰਮ ਕੀਤਾ ਗੌਰ ਫਰਮਾਏ ਮਗਰ ਜਿਸ ਕੀਤਾ ਤੇ ਜਿਤਨਾ ਕੀਤਾ ਸਭ ਨੇ ਲਿਖਿਆ ਵਾਜਿਬ ਨਮਾਜ਼ ਤੋਂ ਰਹਿ ਗਈ ਵਾਜਿਬ ਕਾਨਤ ਤੁਸੱਲੀ ਨਾਫਿਲਤ ਲੈਲ ਕਿ ਇਹ ਬੱਚੀ ਨਮਾਜ਼ ਤਹੱਜੋ ਦੀ ਕਜ਼ਾ ਨਹੀਂ ਕਿ ਇਸ ਸ਼ਹਿਜ਼ਾਦੀ ਦੀ ਤਹੱਜੋ
ਨਫਲੇ ਲੈਲ, ਨਮਾਜ਼ ਸ਼ਬ, ਨਹੀਂ ਛੁੱਟੀ, ਨਹੀਂ ਛੋੜੀ। ਗੌਰ ਹੀ ਨਹੀਂ ਫਰਮਾਇਆ ਮੈਂ ਕਿਆ ਸਨ ਮੁਬਾਰਕ, ਜ਼ਿਆਦਾ ਤੋਂ ਜ਼ਿਆਦਾ 4 ਸਾਲ। ਦਿਨ ਦੀਆਂ ਨਮਾਜ਼ਾਂ ਸੌਖੀਆਂ ਹੁੰਦੀਆਂ, ਰਾਤ ਦੀ ਇਬਾਦਤ ਜਾਗਣਾ ਅਤੇ ਫਿਰ ਬੱਚਾ ਅਤੇ ਨੀਂਦਰ ਦਾ ਅਸਰ ਹੀ ਜ਼ਿਆਦਾ ਹੁੰਦਾ ਹੈ। ਓਏ ਹੋਏ ਹੋਏ ਹੋਏ, ਜਿਹਦੀ ਉਮਰ ਹੀ 4 ਸਾਲ ਹੈ ਵੀ ਤਫੂਲੀਅਤ ਦੀ ਉਮਰ, ਮਗਰ ਤਹੱਜੁਦ ਕਦਾ ਨਹੀਂ। ਇਹ ਤਾਂ ਮਸਲਾ ਮੈਂ ਆਸਾਨ ਕਰ ਦਿੱਤਾ ਹੈ, ਹਰ ਥੋੜ੍ਹੇ ਜਿਹਾ ਸ਼ਊਰ ਰੱਖਣ ਵਾਲਾ ਬੰਦਾ ਵੀ ਸਮਝ ਸਕਦਾ ਹੈ। ਇਸ ਰਿਵਾਇਤ ਦੇ ਬਾਅਦ ਕੋਈ ਗੁੰਜਾਇਸ਼ ਰਹਿੰਦੀ ਹੈ ਸਾਰਾ ਕੁਝ ਬਰਾਬਰ ਆਖਣ ਦੀ? ਹਮ ਕਹਾਂ ਔਰ ਯੇ ਘਰਾਨਾ। ਇਸੇ ਨੂੰ ਫਾਰਸੀ ਮੁਹਾਵਰੇ ਦੇ ਵਿੱਚ ਆਖਾ ਗਏ, ਜੇ ਨਿਸਬਤ ਖਾਕਰਾ ਬਾ ਆਲਮ ਏ ਪਾਕ, ਕਿ ਮਿੱਟੀ ਆਲਮ ਏ ਪਾਕ ਦੇ ਬਰਾਬਰ ਕੈਸੇ ਹੋ ਸਕੇ? ਯੇ ਘਰਾਨਾ ਆਸਮਾਨ ਹੈ, ਬਾਕੀ ਪੂਰੀ ਬਸ਼ਰੀਅਤ ਜ਼ਮੀਨ ਕੀ ਹੈਸੀਅਤ ਹੈ? ਖੁਸ਼ ਹੋ, ਤੁਹਾਨੂੰ ਇਹ ਅਸਲੂਬ ਪਸੰਦ ਆ ਰਹੇ? ਗੱਲ ਸ਼ਹਿਜ਼ਾਦੀ ਪਾਕ 'ਤੇ ਬੁਲੰਦ ਆਵਾਜ਼ ਨਾਲ ਦਰੂਦ। ਇੱਕ ਦਫ਼ਾ ਹੋਰ ਹੀ ਸਲਵਾਤ ਪੜ੍ਹ ਲਓ। ਮਗਰ ਇੱਕ ਸ਼ਿਕਵਾ, ਇੱਕ ਗਿਲਾ, ਇੱਕ ਨਾਰਾਜ਼ਗੀ ਜ਼ਾਤੀ ਤੌਰ ਮੈਕੂੰ ਇਨਸਾਨੀਅਤ ਔਰ ਬਸ਼ਰੀਅਤ ਤੋਂ ਹੈ, ਕਿਉਂਕਿ ਸਾਹਮਣੇ ਤੁਸਾਂ ਮੌਜੂਦ ਹੋ, ਮੁਖਾਤਬ ਤੁਸਾਂ ਹੋ ਗਏ ਹੋ। ਸ਼ਿਕਵਾ ਗਿਲਾ ਮੈਕੂੰ ਮੁਆਸ਼ਰੇ ਸਮਾਜ ਵਸੇਬ ਤੂੰ ਹੈ ਅਮੂਮੀ ਤੌਰ, ਕਿ ਅਸਾਂ ਨਾਦਾਨੀ ਦੀ ਵਜ੍ਹਾ ਤੋਂ ਸਮਾਜੀ ਰਿਵਾਜ ਦੀ ਵਜ੍ਹਾ ਤੋਂ ਔਲਾਦ ਸਿਰਫ ਬੇਟਾ ਕੋ ਸਮਝਦੇ ਹਾਂ। ਸਹੀ ਹੈ, ਪੱਕੀ ਗੱਲ ਹੈ, ਤਵੱਜੋ ਰੱਖਾ ਹੈ ਭਾਈ, ਸਿਰਫ ਬੇਟੇ ਸਾਰੀ ਨਜ਼ਰ 'ਚ ਔਲਾਦ ਹੁੰਦਨ। ਬੇਟੀਆਂ ਵਿਚਾਰੀਆਂ ਪੂਰੀ ਜ਼ਿੰਦਗੀ ਖੌਫ 'ਚ, ਪਚਮੁਰਦਗੀ 'ਚ, ਮਾਯੂਸੀ 'ਚ, ਨਾਉਮੀਦੀ 'ਚ ਗੁਜ਼ਾਰ ਦਿੰਦੀ। ਚੰਗਾ ਤੋਹਫ਼ਾ ਸੀ ਤੋਬੀ ਬੇਟੇ ਵਾਸਤੇ,
ਤੁਸੀਂ ਥੱਕ ਰਹੇ ਹੋ ਤਾਂ ਮੈਂ ਮਾਜ਼ਰਤ ਕਰ ਦਿੰਦਾ, ਕਾਫੀ ਪੜ੍ਹਾਂ। ਹੱਤਾ ਕਿ ਵਿਰਾਸਤ ਦੀ ਤਕਸੀਮ ਦਾ ਵਕਤ ਆ ਸੀ, ਬੇਟੀਆਂ ਮਹਿਰੂਮ ਬੇਟੇ ਸਭ ਕੁਛ ਲੈ ਜਾ ਸਕਦੇ, ਮਨਕੂਲਾ ਵੀ ਬੋਲ ਪੋ ਅਗਲਾ ਲਫ਼ਜ਼ ਯਾਰ, ਹੁਣ ਤਾਂ ਇਲਮ ਬੜਾ ਆਸਾਨ ਕਰ ਦਿੱਤਾ ਨੈੱਟ ਨੇ, ਗੈਰ ਮਨਕੂਲਾ ਮਨਕੂਲਾ ਜਾਇਦਾਦ ਵੀ ਲੜਕਾਂ ਕੋਲ, ਗੈਰ ਮਨਕੂਲਾ ਤੇ ਲੜਕੇ ਕਾਬਿਲ। ਹਾਲਾਂਕਿ ਅੱਲਾਹ ਨੇ, ਅੱਲਾਹ ਦੇ ਮਜ਼ਾਹਿਰ ਨੁਮਾਇੰਦੇਗਾਨ ਨੇ ਜੋ ਦੁਖਤਰਾਨ ਦੇ ਹੱਕ ਮੁਕਰਰ ਕੀਤੇ ਨੇ ਵਿਰਾਸਤ 'ਚ, ਉਹ ਨਹੀਂ ਦਿੱਤੇ ਗਏ। ਤਵੱਜੋ, ਕੋਈ ਤਾਲੀਮ ਅਤੇ ਪਾਬੰਦੀ, ਆਜ਼ਾਦੀ ਦਿੱਤੀ ਹੋਈ ਸੀ ਤਾਂ ਮਹਦੂਦ ਪੈਮਾਨੇ 'ਚ ਦਿੱਤੀ ਹੋਈ ਸੀ। ਤੁਸੀਂ ਯਕੀਨ ਕਰਾਏ, ਸਾਈਂ ਫਰਮਾ ਗਏ ਕਿ ਬੇਦਾਰ ਬਖਤ ਹੈ ਵੋ ਘਰ ਜਿਨ ਘਰੋਂ ਮੇਂ ਬੇਟੀਆਂ ਪੈਦਾ ਹੋਤੀ। ਬਕਾਇਦਾ ਸ਼ੀਆ ਕੁਤਬ ਵਿੱਚ ਹਦੀਸ ਮੌਜੂਦ ਹੈ, ਤਵੱਜੋ ਰੱਖਾ ਹੈ ਭਾਈ, ਕਿ ਜਿਸ ਘਰ ਵਿੱਚ ਇੱਕ ਬੇਟੀ ਪੈਦਾ ਹੁੰਦੀ ਹੈ ਉਸ ਘਰ ਵਿੱਚ ਅੱਲਾਹ ਆਸਮਾਨ ਤੋਂ ਬਾਰਾਂ ਰਹਿਮਤ ਦੇ ਪ੍ਰਣਾਲੇ ਜਾਰੀ ਕਰ। ਕਿਤਨੇ ਪ੍ਰਣਾਲੇ, ਕਿਹੜੀ ਚੀਜ਼ ਦੇ, ਕਿੱਥੋਂ, ਆਸਮਾਨ ਤੂੰ ਇੱਕ ਬੇਟੀ ਨਾਲ। ਇਸੇ ਵਾਸਤੇ ਤੋ ਹਦੀਸ ਵਿੱਚ ਬੇਟੀ ਕੋ ਰਹਿਮਤ ਤੱਕ ਅਲ ਬਿਨ ਤੋ ਰਹਿਮਤ ਹੁਣ ਬੇਟੀ ਰਹਿਮਤ, ਬੇਟਾ ਨਿਮਤ ਹੈ। ਤੇ ਮੈਂ ਚਲੋ ਆਗੇ ਜੁਮਲਾ ਮੈਂ ਪੇਸ਼ ਕਰ ਦੇਵਾਂ, ਮੈਂ ਪੂਰੀ ਤਾਰੀਖ ਦੀ ਅੱਖ 'ਚ ਅੱਖ ਪਾ ਕੇ ਆਖ ਰਿਹਾ, ਜੈਸੀਆਂ ਨਿਮਤਾਂ ਅਤੇ ਰਹਿਮਤਾਂ ਹੁਸੈਨ ਦੇ ਘਰ 'ਚ ਇਕੱਠੀਆਂ ਹੋਈਆਂ, ਐਸੀ ਮਿਸਾਲ ਨਾ ਪਹਿਲੇ ਲਿਖਦੀ ਹੈ। ਹੁਸੈਨ ਦੇ ਘਰ ਜਿਤਨੀਆਂ ਨਿਮਤਾਂ ਸਾਰੀਆਂ ਦੀ ਸ਼ਨਾਖਤ ਅਲੀ, ਤੁਹਾਨੂੰ ਗੌਰ ਹੀ ਨਹੀਂ ਫਰਮਾਇਆ। ਹੁਸੈਨ ਦੇ ਘਰ ਜਿਤਨੇ ਬੇਟੇ ਨਿਮਤਾਂ ਸਾਰੀਆਂ ਦੀ ਸ਼ਨਾਖਤ ਪਹਿਚਾਣ ਅਲਾਮਤ, ਹੁਣ ਹਲਫਨ ਅਤੇ ਕਸਮਨ ਦੱਸਾਏ ਪੂਰੀ ਕਾਇਨਾਤ ਵਿੱਚ ਅਲੀ ਤੂੰ ਕੋਈ ਬੜੀ ਨਿਮਤ ਵੀ ਹੈ।
ਤੇ ਦੁਨੀਆਂ ਦਾ ਸੁਖ ਤਾਂ ਨਸੀਬ, ਖੁਫ ਤਾਂ ਮੁਕੱਦਰ, ਸ਼ੂਮੀ ਕਿਸਮਤ, ਬਦ ਨਸੀਬ ਉਹ ਬੰਦਾ ਏ ਜਿਹੜਾ ਵਿਲਾਏ ਅਲੀ ਤੋਂ ਮਾਰੂੰ। ਹੱਥ ਬੁਲੰਦ ਕਰਕੇ ਖਤਮੇ ਕੁਰਾਨ ਨਾਰਾ ਹੈਦਰੀ। ਮਿਹਰਬਾਨੀ ਤਵੱਜੋ ਫਰਮਾਏ। ਹੁਸੈਨ ਦੇ ਘਰ ਜੈਸੀਆਂ ਨਿਮਤਨ, ਐਸੀਆਂ ਨਿਮਤਾਂ ਫਕੀਰ ਉਲ ਮਿਸਾਲ ਹੈ। ਜਨਾਬ ਦੇ ਘਰ ਜਿਹੜੀਆਂ ਰਹਿਮਤਾਂ, ਐਸੀਆਂ ਰਹਿਮਤਾਂ ਕਾਇਨਾਤ ਵਿੱਚ ਨਾ ਪਏਦੇ। ਗੌਰ ਫਰਮਾਇਆ, ਬੇਟੇ ਔਲਾਦ ਸਮਝੇ ਜਾਂਦੇ ਬੇਟੀਆਂ ਨਾਲ, ਤਵੱਜੋ, ਸਬਕਨ ਵਾਲਾ ਸਲੂਕ, ਮਤਰੇ ਦਾ ਸਲੂਕ, ਅਤੇ ਇਹ ਤਾਂ ਵੱਧ ਉਸ ਵੇਲੇ ਪਤਾ ਲੱਗਦਾ ਜਿਹੜੇ ਲਈ ਇਮਤਿਹਾਨ ਹੁੰਦਾ ਨਾ ਸਲਾਨਾ, ਉਹ ਜਿਹਦੇ ਉੱਤੇ ਹੀਰੇ ਜਵਾਹਰਾਤ ਅਤੇ ਮਨੋ ਸਲਵਾਦ ਦੀ ਬਾਰਿਸ਼ ਵਾਲੇ ਦੈਨ ਕਰਦੇ ਨੇ, ਉਹ ਮੂੰਹ ਲਟਕਾ ਕੇ ਆਖੜਦੇ ਓਏ ਕੇ ਬਣਾਈ ਅੱਬਾ ਆਖੇ ਕੁਝ ਨਾ ਸਪਲੀ ਆ ਗਈ। ਉਹ ਕੋਈ ਸਮਝ ਆਉਂਦੀ ਪਈ ਹੋਵੇ ਮੈਂ ਕਿਹਾ ਦਾ ਬੈਠਾ, ਮੈਂ ਸਮਾਜ ਦੀ ਤਰਜਮਾਨੀ ਬੈਠਾ ਕਰਦਾ, ਮੁਆਸ਼ਰੇ ਦੀਆਂ ਕਮਜ਼ੋਰੀਆਂ ਉਜਾਗਰ ਬੈਠਾ ਕਰਦਾ, ਜੋ ਬੱਜਾ ਮੈਨੂੰ ਆਲ ਮੁਹੰਮਦ ਦੇ ਜ਼ਿਕਰ ਦੇ ਸਦਕੇ ਬੈਠਾ ਕਰੇ, ਅਤੇ ਉਹ ਜਿਸ ਵਾਸਤੇ ਕੱਪੜੇ ਵੀ ਸਸਤੇ, ਜਿਸ ਨੂੰ ਖਾਣਾ ਹੀ ਪੁੱਤਰਾਂ ਤੋਂ ਬਾਅਦ, ਜੇ ਕੋ ਵਿਰਾਸਤ ਤੋਂ ਹੀ ਮਹਿਰੂਮ, ਉਹ ਇਵੇਂ ਹੱਸਦੀ ਖਿਲਦੀ ਆ ਸੀ, ਬਾਬਾ ਬਾਬਾ ਮੈਂ ਕੋ ਮੁਬਾਰਕ ਦਿਓ, ਮੈਂ ਪੂਰਾ ਪੰਜਾਬ ਫਸਟ ਆਈ ਹਾਂ। ਕੋਈ ਸਮਝ ਆਈ ਵੇ ਨਹੀਂ? ਕਿਆ ਸੁਣ ਰਹੇ ਆਪ, ਕਿਆ ਸੁਣਤੇ ਹੈ? ਯੇ ਹਮਾਰੀ ਦਰਸਗਾਹ ਹੈ, ਹੁਸੈਨੀ ਹੈ ਮਜਲਿਸ। ਕੌਣ ਕੌਣ ਹੈ ਹੁਸੈਨ ਦੇ ਘਰ? ਸਾਈਂ, ਮੈਂ ਤਕੱਲਫਾਤ ਨਹੀਂ ਪਸੰਦ ਕਰਦਾ, ਮਜਲਿਸ ਹੀ ਚੱਕ ਰਹਿੰਦਾ ਨਹੀਂ। ਗੌਰ ਫਰਮਾਵਣਾ, ਮੈਂ ਮਨ ਹੋਵਾਂ ਤਾਂ ਆਪਣੇ ਆਪ ਕੋ ਕਿਲੋ ਦਾਇਰ ਕਰਦਾ, ਜੋ ਕਹਿ ਮਕਾਮ ਤੇ ਸ਼ਰਮਿੰਦਗੀ ਨਾ ਉਠਾਵਣੀ ਪਵੇ। ਮੇਰੇ ਵਾਸਤੇ ਮਾਜ਼ਰਤ ਪਹਾੜ ਤੋਂ ਵੱਧ ਨਹੀਂ ਲੱਭਦੀ ਗਈ, ਮੇਰੀ ਕੋਸ਼ਿਸ਼ ਹੁੰਦੀ ਹੈ ਜੋ ਮੈਂ ਮਾਜ਼ਰਤ ਦੀ ਨੋਬਤ ਹੀ ਨਾ ਆਵਣ ਦੇਵਾਂ। ਗੌਰ ਹੈ ਮੇਰੇ ਬਿਆਨ 'ਤੇ ਜਾਂ ਨਾ? ਨਾ ਨਾ ਨਾ, ਕੌਣ ਕੌਣ ਹੈ ਹੁਸੈਨ ਦੇ ਘਰ? ਅਲੀ ਜ਼ੈਨੁਲ ਆਬਦੀਨ ਹੈ, ਸ਼ਬੀ ਹੈ ਰਸੂਲ, ਜਨਾਬ ਅਲੀ ਅਕਬਰ, ਹੁਸੈਨ ਦੀ ਔਲਾਦ ਚੋਂ ਨਕਲ ਕੁਫਰ, ਕੁਫਰ ਨਵਾਸ਼ਤ, ਕੋਈ ਕੰਮ ਹੈ ਕਿਸੇ ਹਵਾਲੇ ਨਾਲ, ਜ਼ਾਹਿਰ 'ਚ ਜਾਂ ਬਾਤਨ 'ਚ?
ਮੈਂ ਦੁਨੀਆ ਦੇ ਉਸ ਇਹ ਹੁਣ ਤਾਂ ਮੋਬਾਈਲ ਨੇ ਇਲਮ ਸੌਖਾ ਕਰ ਦਿੱਤੇ, ਬੰਦਾ ਥੋੜ੍ਹਾ ਜਿਹਾ ਦਿਲਚਸਪੀ ਰੱਖਦਾ ਹੋਵੇ ਤਾਂ ਰੂਹ ਜਹਾਨ ਦੀ ਕਹੇ ਕਿਤਾਬ 'ਚ ਲਿਖਾਓ ਜੋ ਹੁਸੈਨ ਕਦੇ ਹੀ ਫਰਮਾਇਆ ਹੋਵੇ, ਜਿਸ ਘਰ 'ਚ ਅਲੀ ਜ਼ੈਨੁਲ ਆਬਦੀਨ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ। ਕਿ ਜਿਸ ਘਰ 'ਚ ਅਲੀ ਅਕਬਰ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ, ਕਿ ਜਿਸ ਘਰ 'ਚ ਅਲੀ ਅਸਗਰ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ। ਤਵੱਜੋ, ਜਿਸ ਘਰ 'ਚ ਅਲੀ ਮੋਹਸਿਨ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ, ਜਿਸ ਘਰ 'ਚ ਅਲੀ ਅਬਦੁੱਲਾ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ, ਜਿਸ ਘਰ 'ਚ ਮੇਰੀ ਬੇਟੀ ਖੁਬਰਾ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ, ਜਿਸ ਘਰ 'ਚ ਮੇਰੀ ਵੁਸਤਾ ਬੇਟੀ ਨਾ ਹੋਵੇ। ਤਵੱਜੋ ਹੈ, ਜਿਸ ਘਰ 'ਚ ਮੇਰੀ ਸੁਗਰਾ ਨਾ ਹੋਵੇ ਮੈਂ ਕੋਈ ਚੰਗਾ ਨਹੀਂ ਲੱਗਦਾ। ਪੂਰੀ ਔਲਾਦ ਚੂਹੇ ਵਾਹਿਦ ਬੇਟੀ ਹੈ ਜਿਹਦੇ ਬਾਰੇ ਹੁਸੈਨ ਫਰਮਾਏ, ਜਿਸ ਘਰ ਮੈਂ ਸਕੀਨਾ ਨਾ ਹੋ ਮੁਝੇ ਵੋ ਘਰ। ਸ਼ਹਿਜ਼ਾਦੀ ਦੇ ਸਦਕੇ ਇਸ ਇਮਾਮ ਦੀ ਪਿਆਰੀ ਦੁਖਤਰ ਨੇਕ ਅਖਤਰ ਦੇ ਵਾਸਤੇ ਆਪਣੇ ਆਪ ਨਾਲ ਮੁਆਹਦਾ ਕਰਕੇ ਉੱਠੀ ਮਣੇ ਕਿ ਬੇਟੀਆਂ ਕੋ ਬੇਟੀਆਂ ਵਾਲੀ ਮੁਹੱਬਤ ਦੇ ਮਣੇ। ਬਲਕਿ ਜੋ ਮੇਰੇ ਜ਼ਾਤੀ ਮੁਸ਼ਾਹਦਾਤ ਔਰ ਮਹਿਸੂਸਾਤ ਹੈ, ਬੱਚਿਆਂ ਕੋ ਤਾਂ ਬੇਟਾ ਤੋਂ ਵੀ ਜ਼ਿਆਦਾ ਮੁਹੱਬਤ ਦੇਣੀ ਚਾਹੀਦੀ। ਜੇ ਬੱਚੀਆਂ ਤਖਲੀਕੀ ਔਰ ਤਕਵੀਨੀ ਤਨਾਜ਼ੁਰ 'ਚ ਬੱਚਿਆਂ ਦੀ ਨਿਸਬਤ ਕਮਜ਼ੋਰ ਹੁੰਦੀਆਂ, ਉਹਨਾਂ ਤੋਂ ਜ਼ਿਆਦਾ ਸਹਾਰੇ ਦੀ ਜ਼ਰੂਰਤ ਹੈ, ਜ਼ਿਆਦਾ ਮੁਹੱਬਤ ਦੀ ਜ਼ਰੂਰਤ ਹੈ। ਅਗਰ ਬੇਟੀ ਹੀ ਸਾਨਵੀ ਔਲਾਦ ਹੁੰਦੀ ਆਏ ਆਏ ਤਾਂ ਦੋ ਹਸਤੀਆਂ ਅੱਲਾਹ ਦੀਆਂ ਹੁਜਤ ਹਸਤੀਆਂ ਕਦੀ ਆਪਣੀ ਉਮਰ ਮੁਬਾਰਕ ਦੇ ਆਖਰੀ ਹਿੱਸੇ 'ਚ ਬੇਟੀਆਂ ਨਾ ਮੰਗਦੀਆਂ। ਤਵੱਜੋ ਰੱਖਣ, 4000 ਸਾਲ ਤੋਂ ਵੀ ਥੋੜ੍ਹਾ ਜਿਹਾ ਪਹਿਲੇ ਜਨਾਬੇ ਇਬਰਾਹੀਮ ਲਓ ਯਾਰ ਤਾਰੀਖੀ ਮਜਲੇ ਸੁਣੀ ਕਰੋ, ਖੁਦਾ ਥੋੜ੍ਹੀ ਜਿਹੀ ਜ਼ਰਾ ਪਤਾ ਸਮਝਾਉਣੇ ਚਾਹੁੰਦੇ, ਪੂਰੇ ਮਜਮੇ 'ਤੇ ਸਖਤ ਤਾਰੀਖੀ ਹੈ, ਕਮ ਅਜ਼ ਕਮ ਐਸੀ ਮਜਲੇ ਜਿਹੜੀ ਪੂਰੀ ਜ਼ਿੰਦਗੀ ਬੰਦੇ ਦੇ ਨਾਲ ਤੇਜ਼ੀ ਹੈ। ਤਾਂ ਖੁਦ ਪੜ੍ਹਨ ਵਾਲੇ ਕੋਈ ਪਤਾ ਨਹੀਂ ਲੱਗਦਾ ਮੈਂ ਕਿਹਾ ਤਾਂ ਪਈ, ਤਵੱਜੋ ਰੱਖਾ ਇਲਮ ਦੋਸਤਾਂ। 100 ਸਾਲ ਦਾ ਸਨ ਜਨਾਬੇ ਇਬਰਾਹੀਮ ਅਲੈ ਸਲਾਮ ਸਰ ਸਜਦੇ 'ਚ, ਮਾਲਿਕ ਬੇਟੀ ਅਦਾ ਕਰ। ਅੱਲਾ ਫਰਮਾਇਆ ਇਸਹਾਕ ਜੈਸਾ ਬੇਟਾ ਤੇਰੇ ਕੋਲ, ਇਸਮਾਇਲ ਜੈਸਾ ਬੇਟਾ ਤੇਰੇ ਕੋਲ, ਇਸਹਾਕ ਵੀ ਨਬੀ ਇਸਮਾਇਲ ਵੀ, ਐਸੇ ਉੱਚੇ ਬੇਟਾ ਦਾ ਬਾਪ ਹੋ ਕੇ ਇਸ ਬਜ਼ੁਰਗੀ ਬੁਢਾਪੇ 'ਚ ਬੇਟੀ
ਜਗਾਏ ਜਗਾਏ ਜਗਾਏ। ਫਰਮਾਇਆ ਮੈਂ ਕਾਫੀ ਸਾਰੇ ਅਮਵਾਤ ਡਿੱਠੇ ਨੇ, ਮਈਅਤ ਡਿੱਠੇ ਨੇ, ਮੌਤਾਂ ਡਿੱਠੀਆਂ ਨੇ। ਕੁਛ ਮਈਅਤ ਇਵੇਂ ਲੱਗਦੇ ਨੇ ਜਿਵੇਂ ਇਹਨਾਂ ਦਾ ਵਾਰਿਸ ਹੀ ਕੋਈ ਨਾ ਹੋਵੇ। ਕੁਛ ਮਈਅਤ ਐਸੇ ਲੱਗਦੇ ਨੇ ਜੋ ਪੂਰਾ ਖਿੱਤਾ ਉਹਨਾਂ ਦਾ ਵਾਰਿਸ ਹੈ। ਅਤੇ ਮੈਂ ਜਦੋਂ ਵਜ੍ਹਾ ਪੁੱਛੀਏ ਨਾ, ਤਾਂ ਜਿਸ ਮਈਅਤ 'ਤੇ ਬਿਰੌਣਕੀ ਹੁੰਦੀ ਹੈ, ਪਤਾ ਚੱਲਦਾ ਜੀ ਬਈ ਇਸ ਮਰਨ ਵਾਲੇ ਦਾ ਹਰ ਰਿਸ਼ਤਾ ਹੈ ਮਗਰ ਬੇਟੀ ਕੋਈ ਨਹੀਂ। ਅਤੇ ਜਿਸ ਮਈਅਤ ਦਾ ਲੱਗਦਾ ਜੋ ਪੂਰਾ ਇਲਾਕਾ ਵਾਰਿਸ ਹੈ, ਉਸਦੇ ਮਈਅਤ ਦੇ ਪਾਵੇ ਨੱਪ ਕੇ ਰੋਵਣ ਵਾਲੀ ਧੀ ਬੈਠੀ। ਮੇਰੇ ਅੱਲਾ, ਮੈਂ ਚਾਹੁੰਦਾ ਜੋ ਮੇਰੇ ਬਾਅਦ ਮੈਂ ਕੋਈ ਯਾਦ ਕਰੇ। ਹੁਣ ਸਮਝ ਆਈਏ ਬੇਟੀਆਂ, ਤੇਰੀ ਐਸੀ ਨਿਸ਼ਾਨੀ ਹੈ ਜਿਹੜੀਆਂ ਆਪਣੀ ਜ਼ਿੰਦਗੀ ਹੈ, ਤੇਰਾ ਨਿਸ਼ਾਨ ਮਿਟਣ ਨਹੀਂ ਦਿੰਦਾ। ਦੂਸਰੀ ਹਸਤੀ ਖੁਦ ਹੁਸੈਨ ਹੈ ਜਿਹੜੇ ਤਹੱਜੁਦ ਦੀ ਨਮਾਜ਼ ਵਿੱਚ ਆਦਿਨ ਮਾਲਕ ਮੁਝੇ ਇੱਕ ਬੇਟੀ ਦੇ, ਜਿਹੜੀ ਬੇਟੀ ਮੇਰਾ ਨਾਮ ਜ਼ਿੰਦਾ ਰੱਖੇ, ਜਿਹੜੀ ਬੇਟੀ ਮੇਰੀ ਸ਼ਹਾਦਤ ਉਜ਼ਮਾ ਮਾਫੂਲ ਕਰੇ। ਮੈਂ ਬੇਟਾ ਬੈਠ ਜਾਏ, ਮੈਂ ਖੁਦ ਰਿਵਾਇਤ ਵਿੱਚ ਪੜ੍ਹੇ ਖੁਦ ਆਪ ਕਿ ਹੁਸੈਨ ਦੀ ਸ਼ਹਾਦਤ ਉਜ਼ਮਾ, ਸਿਰਫ ਸ਼ਹਾਦਤ ਨਾ, ਸ਼ਹਾਦਤ ਤਿੰਨ ਹਸਤੀਆਂ ਕਿਆਮਤ ਤੱਕ ਮਹਿਫੂਜ਼ ਕੀਤੀ, ਸੈਣ ਫਾਤਿਹ ਸ਼ਾਮ, ਇਮਾਮ ਅਲੀ ਜ਼ੈਨੁਲ ਆਬਦੀਨ ਅਲੈਹਿ ਸਲਾਮ, ਅਤੇ ਇਸ ਬੱਚੀ ਹੁਸੈਨ। ਨਹੀਂ ਗੌਰ ਨਹੀਂ ਫਰਮਾ ਰਹੇ ਕਿਵੇਂ ਫੁੱਫੀ ਭਤਰੀਜੇ ਖੁਤਬੇ ਪੜ੍ਹੇ, ਬੀਬੀ ਪਾਕ ਦੇ ਖੁਤਬੇ ਮੌਜੂਦ ਹਨ, ਕੂਫੇ ਦਾ ਖੁਤਬਾ ਵੀ ਮੌਜੂਦ ਹੈ ਤਾਰੀਖ ਹੈ, ਸ਼ਾਮ ਦਾ ਖੁਤਬਾ ਵੀ, ਬੇਐਨੇ ਹੀ ਚੌਥੇ ਇਮਾਮ ਦਾ ਖੁਤਬਾ ਵੀ ਕੂਫਾ ਦਾ ਮੌਜੂਦ ਹੈ ਤਾਰੀਖ ਹੈ, ਸ਼ਾਮ ਦਾ ਖੁਤਬਾ ਵੀ। ਮੈਂ ਇੱਕ ਅਰਸਾ ਕੁਤਬ ਤਾਰੀਖ ਦੀ ਔਰਾਕ ਗਰਦਾਨੀਆਂ 'ਚ ਗੁਜ਼ਾਰ ਕਿ ਫੁੱਫੀ ਭਤਰੀਜੇ ਅਤੇ ਹੁਸੈਨ ਦੀ ਸ਼ਹਾਦਤ ਬਚਾਈ ਖੁਤਬਾ ਨਾਲ, ਇਸ ਬੱਚੀ ਕਿਵੇਂ ਬਚਾਈ? ਕਿਵੇਂ ਬਚਾਈ? ਅੱਛਾ, ਮੈਂ ਕੁਤਬ ਮਕਾਤਲ 'ਚ ਤਲਾਸ਼ ਕਰਨਾ ਸ਼ੁਰੂ ਕੀਤਾ, ਇਹ ਹੋ ਸਕਦਾ ਇਸ ਸ਼ਹਿਜ਼ਾਦੀ ਦੇ ਖੁਤਬੇ ਵੀ ਮੌਜੂਦ ਹੋਵੇ ਨਾ। ਸਫ਼ਰ ਕੂਫਾ ਸ਼ਾਮ 'ਚ ਬੱਚੀ ਦਾ ਬੋਲਣਾ ਤੋਂ ਤਾਰੀਖ ਨੇ ਮਹਿਫੂਜ਼ ਕੀਤਾ, ਕੁਛ ਮਕਾਮਾਤ 'ਤੇ ਬੱਚੀ ਬੋਲੀ,
لیکن باقاعدہ خطبے نہیں میرے کو نظر آئے. پھر میں پڑھنا شروع کیتا کہ پھوپھی بھتریجے تو خطبے پڑھ کے حسین دی شہادت بچائی ہے, اس بچی تو خطبے نہیں پڑھے تو بھرا تے پھوپھی دے برابر شہادت حسین کیویں بچائی ہے. خدا گواہ ہے جگر زخمی تھی گیا. مورخین لکھے خطبے پڑھ کے نہیں رو کے بابا بچائی ہے. شام وین کریں دیا اینا بابا میں رول گئی ہاں پورا دمشق ہلدا میں. توجہ فرمائی سارے. ہن اتھوں اندازہ لاؤ کہ بچی دے جس گریے حسین دی شہادت قیامت تک محفوظ کیتی ہے وہ گریہ کیسا ہو سا. اس رومن دا معیار میں سمجھ نہیں آتی. میں کیا پڑھا تے کیا چھوڑا. جیڑے لئی یہ بچی روندی آئی نا پہلے تو پورا دمشق حل ویندا. پھر حیوانات چارہ چھوڑ دیں دیں. لوگ حکوے دے موڈے ہلا کے آ دین ایمیں لگ دے وط غریب دیدھی قید خانے چلو دیں تے آدھی بیٹھئے بابا مٹیاں تے ودی سمدیاں بابا جھنکا ودی جھڑے بابا تیریاں پرچاونیاں ودیاں مل دیاں بس ڈھیر پڑ گیا. میں تو کو زیادہ تکلیف دے گی دی. اس شہزادی دی وجہ وفات کیا ہے تاریخ وچ غور فرمائے بھائی کیا ہے وجہ وفات بولو. ہاں پرانے لوگوں میں مجلس پڑھتا بیٹھا یار ہوں تو تسیں ذاکر گر ہو گئے ہو سن سن کے کیا وجہ وفات ہے سہیں. پہلے پہلے تو ذاکرین جتنے ہیں پرانے وہ علیحدہ رہائش تے قید خانے دی وفات مورے خیال محمد کلو صاحب بہشتی نے وہ سر پاک دی روایت والی پہلی دفعہ پڑھنی شروع کی تھی انہاں آغاز تو سارے ہی میں پڑھن لگ گئے کہ پورا سال بچی باپ دا سر طلب کرتی رہی. جد نہیں ملیا زندگی دے آخری دن اس بچی اللہ نو واسطہ دیتا ہے. کیڑا واسطہ؟ اپنے دادی زہرا. میرے اللہ تجھے واسطہ ہے میری جدہ معظمہ کا, مجھے بابا ملا دے. ایویں ہے یا نہیں؟ سر نال ملاقات ہوئی بچی دی روح پرواز اتنی رونی روندے روندے او میں صدقے تھی تو نہیں. یہ یزید کہیں شوق نال دیتا ہے سر حسین کا
ਮੁਹੱਬਤ ਦੀ ਚਾਸ਼। ਹਾਂ ਹਾਂ ਰਹਿਮ ਕੀ ਚਾਸ਼, ਰਹਿਮ ਨਾਲ ਤਾਂ ਇਹਨਾਂ ਦਾ ਵਾਸਤਾ ਹੀ ਕੋਈ ਨਹੀਂ ਦੂਰਦਾ। ਬੇਬਸ ਹੋ ਗਿਆ ਹਾ, ਇਸ ਜ਼ਾਲਮ ਦੀ ਦਰਿੰਦਗੀ ਖਤਮ ਹੋ ਗਈ ਹੈ ਕਿ ਜਿਹੜੇ ਲਈ ਖਾਬ ਸ਼ਾਹਜ਼ਾਦੀ ਬਾਬਾ ਨੂੰ ਵੇਖਿਆ ਨਾ, ਇਤਨੀ ਰੁੰਨੀ ਸ਼ਾਮੇ ਜ਼ਲਜ਼ਲਾ ਆ ਗਿਆ। ਅੱਧ ਰਾਤ ਲਈ ਯਜ਼ੀਦ ਪਲੰਗ 'ਤੇ ਖੌਫ ਜ਼ਦਾ ਹੋ ਕੇ ਉੱਠੇ, ਤਾਹਿਰ ਨਾਮੀ ਸਿਪਾਹੀ ਕੋ ਆਦੇ ਕਿਆਮਤ ਆ ਗਈ ਹੈ, ਇਹ ਆਦੀ ਆਈ ਨਹੀਂ ਆ ਵੈਸੀ। ਹਾਏ 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 ਹਾਏ, ਉਹ ਕਿਉਂ? ਹੁਸੈਨ ਦੀ ਧੀ ਖਾਬ ਵਿੱਚ ਬਾਬਾ ਡਿੱਠੇ ਸਰ ਬੈਠੀ ਮੰਗਦੀ ਹੈ, ਇਹਦੇ ਕੋਈ ਚੁੱਪ ਕਰਾਉਣ ਦਾ ਤਰੀਕਾ? ਤਾਇਰਾ ਦੇ ਜਿਤਨੇ ਤਰੀਕੇ ਹਨ ਉਹ ਤਾਂ ਤੁਸੀਂ ਅਜ਼ਮਾ ਲਏ। ਰੋ ਪੋ ਯਾਰ, ਤੁਹਾਡੇ ਰੋਵਣ ਵਾਸਤੇ ਮੈਂ ਇਕੱਲੇ ਉੱਠ ਤੇ ਬਿਠਾਇਆ ਵੇ, ਹਾਏ ਕਾਫਲੇ ਨਾਲ ਪੈਦਲ ਦੌੜਾਇਆ ਵੇ। ਹੁਣ ਅਗਲੇ ਜਿਹੜੇ ਲਫ਼ਜ਼ ਹਨ ਨਾ, ਮੈਂ ਜ਼ੁਬਾਨ ਨਾਲ ਅਦਾ ਕਰਨਾ ਮੁਸ਼ਕਿਲ ਸਮਝਦਾ ਪਿਆ ਆਪਣੇ ਵਾਸਤੇ, ਜ਼ਰਾ ਲਿਖਾ ਹੈ ਮੇਰੇ ਪਾਸੇ, ਮੈਂ ਇਸ਼ਾਰਾ ਕਰਾਂਗਾ। ਅਲੈਦਾ ਉੱਠ ਤੇ ਬੁਲਾਇਆ ਵੇ, ਕਾਫਲੇ ਨਾਲ ਪੈਦਲ ਦੌੜਾ ਚੁੱਕੇ ਹੋ, ਲੇਕਿਨ ਬੱਚੀ ਦਾ ਰੋਣਾ ਬੰਦ। ਹੁਣ ਲਿਖਾ ਹੈ ਮੇਰੇ ਪਾਸੇ, ਇਸ ਤਰੀਕੇ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼। ਸਾਦਾਤ ਕਿਰਾਮੀ ਬਿਲ ਅਖਸ ਸਾਦਾਤ ਕਿਰਾਮੀ ਸਾਈਂ ਸਾਈਂ ਸਾਦਾਤ, ਇਹ ਦਸਤ ਬਸਤਾ ਇਹ ਕਰੇਸਾਂ ਵੱਧਦੀ ਇਸ਼ਾਰਾ, ਮੇਰੇ ਚ ਲਫ਼ਜ਼ ਅਦਾ ਕਰਨ ਦੀ ਹਿੰਮਤ ਨਹੀਂ ਹੈ, ਮੇਰੀ ਛੋਟੀ ਜ਼ਾਕਰੀ ਆ, ਮੈਂ ਕੁਰਬਾਨ ਥੀ ਪਵਾਂ ਕਿ ਮੂਮਨ ਦੇ ਦਿਲ ਦੀ ਅਦਾ ਆਜ਼ਾਰੀਅਤ ਮਹਿਸੂਸ ਨਾ ਕਰੇ, ਮੈਂ ਹੱਥ ਬਦੀ ਬੈਠਾ। ਫਰਮਾਇਆ ਤਾਇਰ ਆਖਿਆ ਬਈ ਇਹ ਤਰੀਕਾ ਇਸਤੇਮਾਲ ਕੀਤਾ ਵੇ, ਬੱਚੀ ਦਾ ਰੋਣਾ ਬੰਦ ਨਹੀਂ ਹੋਇਆ, ਤਾਇਰਾ ਦਾ ਇਹ ਤਰੀਕਾ ਇਸਤੇਮਾਲ ਕਰਕੇ। ਸ਼ਾਮ ਤਾਂ ਬਚਾਵਣੇ ਤੇ ਬੱਚੀ ਚੁੱਪ ਕਰ ਸੀ ਤਾਂ ਸ਼ਾਮ ਬਈ ਸੀ, ਜ਼ਲਜ਼ਲਾ ਰੁਕ ਸੀ, ਕੋਈ ਤਰੀਕਾ ਹੋਰ ਹੈ? ਤਾਇਰਾ ਦੇ ਇੱਕੋ ਤਰੀਕਾ ਹੈ, ਡਰ ਤੂੰ ਨਾ ਸੇ ਦਸੈਂਦੇ ਮੈਂ ਤਸਾ ਕੋਈ ਮਰਾ ਦੇਵੇ, ਇਜਾਜ਼ਤ ਦੇ। ਬੱਚੀ ਬਹੁਤ ਉਦਾਸ ਹੋ ਚੁੱਕੀ ਹੈ ਬਾਬਾ ਵਾਸਤੇ, ਇਹ ਮੈਂ ਸਰ ਕੈਦਖਾਨੇ 'ਚ ਲੈ ਜਾਣਾ ਅਤੇ ਜਿਹੜੇ ਲੈ ਸਰ ਕੁ ਵੇਖ ਸੀ ਨਾ ਹੋ ਸੀ ਅਤੇ ਨਾ ਰੋ ਸੀ, ਸਲਾਮਤ ਰਹੋ ਮਾਤਮ, ਤੁਹਾਡੇ ਮਜ਼ਾ ਵਿੱਚ ਵੱਡੀ ਇਬਾਦਤ ਹੈ, ਸੀਨੇ 'ਤੇ ਹੱਥ ਮਾਰ ਆਖ ਹੈ ਸ਼ਾਮ ਹੈ ਸ਼ਾਮ। ਸਰ ਕੈਦਖਾਨੇ 'ਚ ਸਰ ਪਹੁੰਚਾ,
ਧੀ ਰੁਮਾਲ ਹਟਾਇਆ ਸਾ। ਹਾਏ ਹਾਏ ਸੱਚੇ ਇਹੋ ਮਕਤਲ ਹੈ ਨਾ। ਸਰ ਪਾਕ ਆਇਆ ਚਵਿਠ ਮਸਤੂਰ, ਇਸਤਿਕਬਾਲ ਵਿੱਚ ਜ਼ਮੀਨ ਛੋੜੀ, ਹਰ ਬੀਬੀ ਨੇ ਹਸਬੀ ਅੱਲਾ ਦੀ ਤਸਬੀ ਪੜ੍ਹੀ, ਅਸਲਾਮ ਅਲੈਕਾ ਅਯੂ ਹਲ ਮਜ਼ਲੂਮ ਨਾਲ ਸਲਾਮ ਕੀਤਾ। ਅਤੇ ਜਿਹੜੇ ਲਈ ਇਹ ਹੁਸੈਨ ਦੀ ਸ਼ਹਜ਼ਾਦੀ ਆਈ, ਇਵੇਂ ਬੈਠੀ ਜਿਵੇਂ ਨਮਾਜ਼ੀ ਤਸ਼ਹੁਦ ਤੇ ਬੰਦ, ਰੁਮਾਲ ਹਟਾਇਆ। ਹਿੰਮਤ ਨਹੀਂ ਮੇਰੇ ਵੇ ਜ਼ਿਆਦਾ ਪੜ੍ਹਨ ਦੀ, ਖੁਦਾ ਰੇਸ਼ਮ ਦਾ ਰੁਮਾਲ ਹਟਾਇਆ, ਦੀਬਤ ਹਰੀਰ ਦਾ ਰੁਮਾਲ ਹਟਾਇਆ, ਸੰਤੁਸ਼ਤ ਇਸਤਬਰਕ ਦਾ ਰੁਮਾਲ ਹਟਾਇਆ। ਅਤੇ ਸਾਲ ਬਾਅਦ ਬਾਬੇ ਦੇ ਸਰ 'ਤੇ ਕੋਈ ਇਹੋ ਜਿਹੀ ਵਸਦੀ ਗੁਰਬਤ ਦਿੱਠੀ, ਸਜੇ ਦੀਆਂ ਜ਼ੁਲਫਾਂ ਖੱਬੇ ਵਲੀਆਂ ਹੋਈਆਂ, ਕਾਂਸੂ ਵੀ ਆਵਣ ਨੇ ਬਖਸ਼ਿਸ਼ ਦਾ ਕਾਫੀ ਹੈ। ਮੈਂ ਸਦਕੇ ਥੀ ਪਊ, ਕਿਆ ਵੇਖੀਏ ਬੱਚੀ ਸੱਜੇ ਦੀਆਂ ਜ਼ੁਲਫਾਂ ਖੱਬੇ ਵਾਲੀਆਂ, ਖੱਬੇ ਦੀਆਂ ਸੱਜੇ ਵਾਲੀਆਂ ਹੋਈਆਂ, ਇਹਦੇ ਦੁੱਖ ਵਹਿਣ ਕੀਤੇ ਜਿਵੇਂ ਜਿਵੇਂ ਵਹਿਣ ਵਧਿਆ, ਤਸ਼ਤਜ ਹੁਸੈਨ ਦੇ ਸਰ ਦਾ ਤੜਫਣ ਵਧਣ ਲੱਗਾ, ਚਵਣ ਪਰ ਦਦਾਰ ਦਾ ਰੋਣ ਵੱਧ ਗਏ, ਸੱਜਾ ਦੀ ਰਤ ਵਧਣਾ ਸ਼ੁਰੂ ਕੀਤਾ। ਉਹ ਮੁਕਾਣੀਓ ਅਦਾਦਾਰ ਇਹੋ ਜਿਹੀ ਮੰਦੇ ਲਾਈਏ, ਰੋਂਦੇ 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 ਬੱਚੀ ਦਾ ਆਵਾਜ਼ ਰੁਕ ਗਈ, ਸੱਜਾ ਦੀ ਕਿਹੜੀ ਹਾਲਤ, ਕਈ ਵੇਲੇ ਭੈਣ ਦੋਲੇ ਦੇ, ਕਈ ਵੇਲੇ ਫੁੱਫੀਆਂ ਤੇ ਮਾਵਾਂ ਦੋਲੇ, ਦਾਦੇ ਦੁਆ ਮੰਗੋ, ਥੱਕੀ ਹੋਈ ਆਈ ਮੂੰਜੀ ਆਈ ਸ਼ਾਲਾ ਨਿੰਦਰ ਆ ਗਈ। ਜਦਾਂ ਕੁਝ ਦੇਰ ਤੱਕ ਬੱਚੀ ਅੱਖ ਨਹੀਂ ਖੋਲੀ, ਸਜਾਦ ਨਬਲ ਤੇ ਅੱਧ ਰੱਖੇ, ਰਾਤ ਵੱਧ ਗਈ, ਆਦਰ ਫੁੱਫੀ ਅੰਮਾ ਜਲਦੀ ਆ, ਮੇਰੀ ਸਕੀ ਨਾ ਮਰ ਗਈ, ਫਿਰਾ ਹੋਵੇ ਨਾ। ਮੈਂ ਸਦਕੇ ਥੀ ਪਵਾਂ, ਵਤਨ ਮਦੀਨਾ ਹੋਵੇ ਆ, ਮੈਂ ਆਦਾ ਆਸਮਾਨ ਡਾਏ ਪਿਓ, ਜ਼ਮੀਨ ਖਤਮ ਹੋ ਗਈ ਹੋ, ਮੈਂ ਕੁਰਬਾਨ ਹੋਵਾਂ, ਕਿਆਮਤ ਦਮਨ ਦਰ ਅਧਰਾ ਤੇਲੇ ਬਾਬਾ ਬਾਬਾ ਕਰੇਂਗੇ। ਹਾਏ ਹਾਏ ਹੁਸੈਨ ਦੀ ਪਿਆਰੀ ਧੀ, ਗਰੀਬ ਦੇ ਸੀਨੇ ਦਾ ਤਾਵੀਜ਼, ਹੁਸੈਨ ਦੀ ਰੂਹ ਦੀ, ਹੁਸੈਨ ਦੀ ਰੂਹ ਦੀ, ਹੁਸੈਨ ਦੀ ਦਿਲ ਦੀ ਧੜਕਨ ਦੀ,
ਛੱਤ ਉੱਤੇ ਸ਼ਰੀਫ ਗਿਣ ਗਈ। ਤੁਹਾਡੇ ਮਹਾਰੀ ਇਮਾਮ ਦੀ ਕਿਹੜੀ ਹਾਲਤ? ਕਹਿੰਦੇ ਜ਼ਿੰਦਾਨ ਦੀ ਇਸ ਦੀਵਾਰ ਨਾਲ ਮੱਤ, ਕਹਿੰਦੇ ਇਸ ਦੀਵਾਰ ਨਾਲ ਮੱਤ। ਵਾਹ ਗੁਰਬਤ ਚਵੇਟ ਮਸਤੂਰ ਸੰਧਲਾ ਬੱਧ ਕੋਲਾ ਖੜੇ ਮਹਾਰੀ, ਦੁੱਖ ਤਾਂ ਸਾਰਾ ਵਾਸਤੇ ਬਰਾਬਰ, ਮਾਸੂਮਾਂ ਦੀ ਸ਼ਹਾਦਤ ਤਾਂ ਸਾਰਿਆਂ ਦੀ ਜ਼ਿੰਦਗੀ ਮੁਕਾ ਦੇ, ਵੱਖਰਾ ਕੈ ਰੋਏ ਪਰ ਮੈਨੂੰ ਫੁੱਫੀ ਮੈਂ ਰੋਂਦਾ ਹੀ ਵਸਦਿਆਂ ਵੱਖਰਾ, ਜੋ ਸ਼ਾਮ ਦੇ ਕੈਦ ਖਾਨੇ ਸਾਲ ਪੂਰਾ ਥੀ ਗਏ, ਸਾਕੋ ਪੀਵਣ ਵਾਸਤੇ ਰੋਜ਼ਾਨਾ ਪਾਣੀ ਨਹੀਂ ਮਿਲਦਾ, ਤ੍ਰਾਈ ਦਿਹਾੜਾਂ ਦੇ ਬਾਅਦ ਇੱਕ ਦਫ਼ਾ ਪਾਣੀ ਮਿਲਦਾ। ਫੁੱਫੀ ਤੁਸੀਂ ਜਾਣਦੇ ਹੋ ਉਹ ਇਤਨਾ ਥੋੜ੍ਹਾ ਹੁੰਦਾ, ਬੜੀ ਮੁਸ਼ਕਿਲ ਨਾਲ ਬੱਚਾ ਤੇ ਪੂਰਾ ਹੁੰਦਾ, ਵੱਡੇ ਪਰਦਾਦਾਰ ਅਕਸਰ ਤਸੇ ਰਹੇ। ਕੋਈ ਨੀ ਵੇ ਸੁਣਾ, ਕੋਈ ਨੀ ਵੇ ਸੁਣਾ ਮਜ਼ਾ, ਕੋਈ ਨੀ। ਨਹੀਂ ਮੈਂ ਕੋਈ ਰਿਵਾਇਤੀ ਜਾਕਰੀ ਰਸਮੀ ਜਾਕਰੀ ਕਰਨ ਦਾ ਕਰਾਂ, ਕਿਉਂਕਿ ਤਾਂ ਇੱਕ ਲਫ਼ਜ਼ ਹੀ ਐਸਾ ਨਜ਼ਰ ਨਾ ਆਇਆ ਉਹ ਸੀ ਜਿਹੜਾ ਪੁਰਾਣਾ ਹੋਵੇ। ਮੈਂ ਸੱਚ ਕੇ ਠੀਕ ਆਪਣਾ ਮੁਤਾਲਾ ਪੜ੍ਹਦਾ ਕਰਾਂ, ਮੈਂ ਸਾਰਾ ਸਭ ਕੁਝ ਜੋ ਮੈਂ ਆਪ ਡਿੱਠੇ ਦੱਸਦਾ ਕਰਾਂ। ਮਜਲਿਸ ਮੁੱਕੋ ਇੰਨੇ ਕਈ ਮਰਜ਼ੀ ਦੇ ਆਲਮ ਕੋਲੋਂ ਜਿਹਦਾ ਮਕਤਲ ਦਾ ਮੁਤਾਲਾ ਹੋਵੇ ਕਰਬਲਾ, ਉਹਦੇ ਕੋਲੋਂ ਕਸਮ ਚਲਾ ਕੇ ਪੁੱਛੇ ਜੋ ਕਿਹੜੀ ਮਜਬੂਰੀ ਆਈ, ਸ਼ਾਮ ਦੇ ਕੈਦ ਖਾਨੇ ਸੱਜਾ ਦੀਆਂ ਫੁੱਫੀਆਂ ਪੂਰੀ ਨਮਾਜ਼ ਬਹਿ ਕੇ ਪੜ੍ਹਦੀਆਂ, ਨਕਿਆ ਮਤ ਖੜ ਸਕਦੀਆਂ, ਰਕੂ ਦੀ ਤਾਕਤ ਬੱਚੀਆਂ। ਨਮਾਜ਼ ਵਿੱਚ ਕਿਆਮ ਹੁੰਦਾ ਜਾਂ ਨਹੀਂ? ਕਿਆਮ ਕਿਆ ਹੁੰਦਾ? ਖੜ ਕੇ, ਕਿਆਮ ਦਾ ਮਾਨਾ ਖੜਾ ਨੇ ਨਾ, ਕਾਇਮ ਕਿਆਮ ਤੂੰ ਨਾ, ਕਾਮ ਯਕੂਮੋ ਕਾਇਮ ਦਾ ਮਾਨਾ ਖੜਨਾ, ਮਗਰ ਪਾਕ ਸੈਣੀ ਸਾਰੀ ਨਮਾਜ਼ ਬਹਿ ਕੇ ਪੜ੍ਹਦੀ। ਹੁਸੈਨ ਦੇ ਮਹਾਰੀ ਬਚੜੇ ਪੁੱਛਿਆ, ਫੁੱਫੀ ਅੰਮਾ ਇਹ ਤੁਸਾਂ ਕਿਆਮ ਖੜ ਕੇ ਕਿਉਂ ਨਹੀਂ ਵੇਖਰੇ? ਫਰਮਾਇਆ ਸੱਜਾ ਜਡਾਂ ਦੇ ਸ਼ਾਮ ਵਿੱਚ ਆਇਆ, ਖਾਣਾ ਪਾਣੀ ਇਤਨਾ ਥੋੜ੍ਹਾ ਮਿਲਦਾ, ਜਬ ਮੁਸ਼ਕਿਲ ਬੱਚਿਆਂ 'ਤੇ ਪੂਰਾ ਹੁੰਦਾ, ਭੁੱਖਾ ਨਿਭਾ ਨਿਭਾ ਦਸ ਨਿਭਾ ਨਿਭਾ। ਮੈਂ ਇਤਨੀ ਕਮਜ਼ੋਰ ਹੋ ਗਈ ਹਾਂ, ਮੇਰੇ ਵਿੱਚ ਕਿਆਮ ਦੀ ਤਾਕਤ ਨਹੀਂ। ਸਦਕੇ 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 ਸਲਾਮਤ ਸਲਾਮਤ ਜੀ 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 ਹੌਸਲੇ ਲਾ ਹੌਸਲੇ ਲਾ ਹੌਸਲੇ। ਮੈਂ ਰੋਂਦਾ ਖੜਾ, ਪਾਣੀ ਪੀਵਣ ਦਾ ਪੂਰਾ ਔਖਾ ਹੁੰਦਾ ਹੈ, ਮੇਰੀ ਭੈਣ ਦੁਨੀਆ ਤੋਂ ਤੁਰ ਗਈ, ਮੈਂ ਗੁਸਲ ਦਾ ਪਾਣੀ ਕਿੱਥੋਂ ਮੰਗਾਂ? ਭੈਣ ਕੋ ਗੁਸਲ ਕੀ ਮਹਿੰਦੀ ਵੈਸਾ? ਜਿਹੜੇ ਤੁਹਾਡੇ ਮਹਾਰੀ ਇਮਾਮ ਗੱਲ ਕੀਤੀ ਹੈ, ਚਵਟ ਪਰਦਾਦਾਰ ਦਾ ਮਾਤਮ ਵੱਧ ਗਏ, ਕਈ ਬੀਬੀ ਕਹੀਂ ਦੀਵਾਰ ਨਾਲ ਪਰੇਸ਼ਾਨੀ, ਕਹੀਂ ਬੀਬੀ ਜੀ ਕਹੀਂ ਦੀਵਾਰ ਨਾਲ ਪਰੇਸ਼ਾਨੀ ਮਸ ਆਉਂਦੀ ਹੈ। ਰੱਬ ਦੀ ਕਸਮ ਹੈ, ਪਹਿਲੇ ਤਾਂ 40 ਬੱਚਾ ਦੇਖਦਾ ਖੜਾ ਰਹੇ, ਜਦੋਂ ਸੱਜਾ ਦੀ ਗੱਲ ਮੁੱਕੀ ਹੈ ਅਤੇ ਮਸਤੂਰਾ ਮਾਤਮ ਸ਼ੁਰੂ ਕੀਤਾ, 40 ਬੱਚਾ ਹਲਕਾ ਬਣਾ ਕੇ ਸੱਜਾ ਅਤੇ ਕੋਲਾ ਖੜਾ ਰੋ ਗਿਆ। ਦਿਨ ਮਹਾਰੀ ਰਾਤ ਨਾ ਰੋ, ਅਸਾਂ ਨੌ ਦਿਹਾੜੇ ਪਾਣੀ ਨਮਕ ਸੂ ਇਕੱਠਾ ਮੰਗਵਾ, ਭੇਣ ਦਾ ਗੁਸਲ ਹੋਣੇ ਦਾ ਤੂੰ ਤਸੀ ਮੌਤ ਕਬੂਲ।
ਸਾਗਰ ਰਾਜ਼ੀ ਥੀ ਵੰਨੋ ਤਾਂ ਮੈਂ ਬਸ ਕਰਾਂ ਚਾਹ ਮੈਂ ਥੱਕ ਪਿਆ ਤਬੀਅਤ ਮੇਰੀ ਸਾਫ ਨਹੀਂ ਦਿੰਦੀ ਨੌ ਦਿਹਾੜਾਂ ਦਾ ਤ੍ਰੈ ਦਫ਼ਾ ਦਾ ਪਾਣੀ ਇਕੱਠਾ ਹਰ ਤੀਸਰੇ ਦਿਨ ਬਾਅਦ ਪਾਣੀ ਆਉਂਦੇ ਅਤੇ ਤਿੰਨ ਦਫ਼ਾ ਦਾ ਪਾਣੀ ਇਕੱਠਾ ਯਾਨੀ ਨੌ ਦਿਨਾਂ ਦਾ ਪਾਣੀ ਹੁਸੈਨ ਦੇ ਮਹਾਰੀ ਬਛੜੇ ਇਕੱਠਾ ਮੰਗ ਉਹ ਮੈਂ ਕੁਰਬਾਨ ਥੀ ਵਾਂ ਕੈਦਖਾਨੇ ਦੇ ਕੋਨੇ 'ਚ ਕਨਾਤ ਲੱਗੀ ਪਾਕ ਸੈਣੀ ਗੁਸਲ ਦੀ ਤਿਆਰੀ ਸ਼ੁਰੂ ਕੀਤੀ ਇਹਨੂੰ ਤਹੱਜੋ ਦਾ ਟਾਈਮ ਕਰੀਬ ਹੋ ਗਿਆ ਹਾਏ 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 ਅਧਰਾ ਤੇਲੇ ਵਫਾਤ ਹੈ ਨਾ ਤਹੱਜੋ ਦਾ ਵਕਤ ਕਰੀਬ ਹੋ ਅਚਾਨਕ ਇੱਕ ਸ਼ਾਮ ਦੀ ਬੁੱਢੜੀ ਔਰਤ ਕੈਦਖਾਨੇ 'ਚ ਆਈਏ ਕੈਦੀ ਆਪਣੇ ਪਰਦਾਦਾਰਾਂ ਕੋ ਬਾਹਰ ਸੱਦ ਕਨਾ ਛੋੜ ਦੇ ਮੈਨੂੰ ਤੂੰ ਕੌਣ ਹੈ ਕਿਉਂ ਆਈ ਹੈ ਮੈਂ ਸ਼ਾਮ ਦੀ ਵਸਤੀ ਹਾਂ ਬਾਦਸ਼ਾਹ ਦੀ ਤਰਫੋਂ ਮੇਰੀ ਡਿਊਟੀ ਕੋਈ ਬੱਚੀ ਔਰਤ ਸ਼ਾਮ 'ਚ ਫੌਤ ਹੋ ਮੈਂ ਗੁਸਲ ਦੇ ਦੀ ਆਪਣੇ ਪਰਦਾਦਾਰਾਂ ਕੋ ਹਟਾ ਤੁਹਾਡੀ ਬੱਚੀ ਕੋ ਗੁਸਲ ਮੈਂ ਮਹਾਰੀ ਮਾਂ ਮਦਨ ਬੇਸ਼ੱਕ ਦੇ ਮਗਰ ਹੱਥ ਹੌਲੇ ਲਾ ਮੈਂ ਕੋ ਹੱਥ ਲਾਉਣੇ ਪਾਉਂਦੇ ਨਾ ਕਰਵਟ ਬਦਲਣ ਵਾਸਤੇ ਕਈ ਵੇਲੇ ਸੱਜਾ ਪਹਿਲੂ ਕਈ ਵੇਲੇ ਹੱਥ ਲਾਉਣੇ ਪਾਉਂਦੇ ਨੇ ਵਾਧਾ ਹੋਇਆ ਅੱਖ ਅਜੋਹੀ ਵੇ ਤੁਹਾਡੇ ਅੰਦਾਜ਼ ਗੁਫ਼ਤਗੂ ਥੂ ਤਕੱਲਮ ਤੂੰ ਇਵੇਂ ਲੱਗਦੇ ਤੁਹਾਡਾ ਅਸ਼ਰਾਫੀਆ ਨਾਲ ਤੱਲੋ ਭਾਵੇਂ ਟਾਈਮ ਜ਼ਿਆਦਾ ਲਾਉਣਾ ਪਿਆ ਹੱਥ ਕਨਾਤ ਦੇ ਦਰਵਾਜ਼ੇ 'ਤੇ ਆ ਖੜੀ ਪਰਦਾਦਾਰੋ ਬਾਹਰਾ ਵੰਨ ਮੈਂ ਗੁਸਲ ਦੇ ਸਕ ਅਲੀ ਸੈਣਾ ਦੀ ਗੁਸਲ ਜੋ ਦੇਂਦੀ ਤੇਰੀ ਕੋਈ ਤਨਖਾਹ ਏ ਤੇਰੇ ਕੋਈ ਵਜ਼ੀਫਾ ਹੈ ਬਾਦਸ਼ਾਹ ਦੀ ਤਰਫੋਂ ਕੋਈ ਮੁਸ਼ਾਹਰਾ ਹੈ ਤੇਰਾ ਅਦੀ ਤਨਖਾਹ ਨਹੀਂ ਵਜ਼ੀਫਾ ਨਹੀਂ ਮਹਾਨਾ ਕੁਝ ਨਾ ਗਿਣਦੀ ਵਤ ਮੁਫਤ ਦੇਨੀ ਅਦੀ ਕੋਈ ਨਾ ਮੇਰੀ ਇੱਕ ਉਜਰਤ ਹੁੰਦੀ ਏ ਮਈਅਤ ਦਾ ਜਿਹੜਾ ਲਿਬਾਸ ਲਾਉਂਦਾ ਹੈ ਮੈਂ ਉਹ ਲਿਬਾਸ ਗਿਣਦੀ ਹਾਂ ਜਾਂ ਮਈਅਤ ਦੇ ਹੱਥ 'ਚ ਕੋਈ ਜ਼ੇਵਰ ਹੋਵੇ ਮੈਂ ਉਹ ਬੀਬੀ ਆਦੀ ਹੈ ਪਹਿਲੇ ਅੰਦਰ ਜ਼ੇਵਰ ਹੀ ਦੇ ਮਾਤਮ ਕਿਉਂ ਨਹੀਂ ਕਰੇ ਬੀਬੀ ਆਦੀ ਹੈ ਇਹਦਾ ਲਿਬਾਸ ਹੀ ਦੇ ਸ਼ਰੀਫ ਰੱਖੋ ਨਮਾਜ਼ ਜਮਾਂ ਕਿਉਂਕਿ ਅੱਜ ਜੁੰਮੇ ਦਾ ਦਿਨ ਹੈ ਨਮਾਜ਼ ਜਮਾਂ ਜਾਮਿਆ ਮਸਜਿਦ 'ਚੋਂ